ਹੋ ਗਿਆ ਦਾ ਅਸੀਂ ਬਿਲਕੁਲ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾ ਆਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ 'ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ 'ਚ ਇਹ ਕੀਤਾ ਜਾ ਰਿਹਾ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾਜ ਕਿਰਪਾ ਰੱਖਣ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਲ੍ਹੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਬਿਲਕੁਲ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾ ਆਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ 'ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ 'ਚ ਇਹ ਕੀਤਾ ਜਾ ਰਿਹਾ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾਜ ਕਿਰਪਾ ਰੱਖਣ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਲ੍ਹੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਬਿਲਕੁਲ ਆਪਣੀ ਸੇਵਾ ਭਾਵਨਾ ਦੇ ਲੱਗੇ ਹੋਏ ਜੋ ਸਾਡੇ ਭੈਣ ਭਰਾ ਆਏ ਨੇ ਇਹ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਹੱਕਾਂ ਦੀ ਲੜਾਈ ਹੈ ਕਿਸੇ ਇਹ ਸਾਡੇ 'ਤੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਫੇਕ ਰਹੀਆਂ ਜੋ ਕਿ ਬਹੁਤ ਗਲਤ ਹੈ ਅਸੀਂ ਇੱਕ ਲੋਕਤੰਤਰ ਦਾ ਹਿੱਸਾ ਵੋਟਾਂ ਪਾ ਕੇ ਇਹਨਾਂ ਨੂੰ ਅਸੀਂ ਸੈਂਟਰ 'ਚ ਬਿਠਾਇਆ ਔਰ ਸਾਡੇ ਨਾਲ 'ਚ ਇਹ ਕੀਤਾ ਜਾ ਰਿਹਾ ਬਿਲਕੁਲ ਗਲਤ ਹੈ ਸਾਡਾ ਇੱਕ ਰਾਈਟ ਹੱਕ ਬਣਦਾ ਕਿ ਅਸੀਂ ਆਪਣਾ ਕੋਈ ਵੀ ਧਰਨਾ ਪ੍ਰੋਟੈਸਟ ਬੈਠ ਕੇ ਕਿਤੇ ਵੀ ਕਰ ਸਕਦੇ ਹਾਂ ਮਹਾਰਾਜ ਕਿਰਪਾ ਰੱਖਣ ਪਿੱਛੋਂ ਸੰਗਤ ਬਹੁਤ ਆ ਰਹੀ ਹੈ ਅਸੀਂ ਜੋ ਅਗਲੀ ਰਣਨੀਤੀ ਤਿਆਰ ਹੋ ਰਹੀ ਹੈ 15 ਤਰੀਕ ਤੋਂ ਬਾਅਦ ਬਹੁਤ ਵੱਡੇ ਤਰੀਕੇ ਨਾਲ ਇਸ ਮੋਰਚੇ ਨੂੰ ਖੁੱਲ੍ਹੇ ਕੀਤਾ ਜਾਊਗਾ ਔਰ ਅਸੀਂ ਅੱਗੇ ਦਿੱਲੀ ਵੱਲ ਕੂਚ ਕਰਾਂਗੇ ਬਾਬਾ ਜੀ ਆ ਜਾਓ।